साध संगत जी, सरबत संगत गज के फतेह बुलाओ। वाहेगुरू जी का खालसा, वाहेगुरू जी की फतेह। हुणे हुणे जो कौमी इंसाफ मोर्चा मोहाली दे विच जिन्हां ने संघर्ष विढ़िया होया बंदी सिंघां दी रिहाई दी खातर, उन्हां विचों भाई बलविंदर सिंह जी इत्थे पहुंचे आ। उन्होंने बहुत जल्दी जाना सी, स्नेह दे के ही चले गए ने कि अज जिहड़े भाई गुरमीत सिंह जी इंजीनियर पटियाला निवासी जिहड़े पिछले 28 साल तो जेल विच सन, अज उन्हां दी पक्की जमानत होई, रिहाई हो गई उन्हां दी। ਇਹ ਖੁਸ਼ਖਬਰੀ ਕਿ ਦਿਨ ਵਾਸਤੇ ਹੀ ਦਾਸ ਨੇ ਵਿੱਚੋਂ ਸਮਾਂ ਲਿਆ ਹੈ। ਨਾਲ ਹੀ ਮੈਂ ਬੇਨਤੀ ਕਰਾਂ ਬਾਬਾ ਬਲਵਿੰਦਰ ਸਿੰਘ ਜੀ, ਭਾਈ ਦਇਆ ਸਿੰਘ ਜੀ ਲਾਹੌਰੀਆ, ਜਿਹੜੇ 28-29 ਸਾਲ ਜੇਲ੍ਹ ਵਿੱਚ ਰਹੇ ਅਤੇ 10 ਕੁ ਸਾਲ ਰੂਪੋਸ਼ ਰਹੇ, ਸਾਰੀ ਜ਼ਿੰਦਗੀ ਇਸ ਸੰਘਰਸ਼ ਦੇ ਵਿੱਚ ਲਾਈ, ਬਲਕਿ ਇਹਨਾਂ ਦੀ ਧਰਮ ਸਪਤਨੀ ਬੀਬੀ ਕਮਲਜੀਤ ਕੌਰ ਉਹ ਵੀ 11 ਸਾਲ ਜੇਲ੍ਹ 'ਚ ਰਹੇ ਅਤੇ ਬਾਕੀ ਇਹਨਾਂ ਦੀ ਪੈਰਵਾਈ ਵਿੱਚ ਸਮਾਂ ਲਾਇਆ। ਇਹਨਾਂ ਨੇ ਵੀ ਜਲਦੀ ਜਾਣਾ, ਮੈਂ ਤਾਂ ਕਿਹਾ ਸੀ ਤੁਸੀਂ ਸਜੋ ਬੋਲਿਓ ਵੀ, ਪਰ ਕਹਿੰਦੇ ਬਹੁਤ ਜ਼ਰੂਰੀ ਇੱਕ ਹੋਰ ਇਸ ਸਮਾਗਮ ਵਿੱਚ ਹੀ ਜਾਣਾ। ਉਹਨਾਂ ਨੂੰ ਬਾਬਾ ਬਲਵਿੰਦਰ ਸਿੰਘ ਜੀ, ਭਾਈ ਦਇਆ ਸਿੰਘ ਲਾਹੌਰੀਆ, ਉਹਨਾਂ ਨੂੰ ਸਿਰੋਂ ਪਾਓ ਦੇ ਕੇ ਸਨਮਾਨਿਤ ਕਰਨਗੇ। ਖੜ੍ਹੇ ਹੋ ਕੇ ਭਾਈ ਖੜ੍ਹੇ ਬੋਲੇ ਸੋ ਨਿਹਾਲ ਸ੍ਰੀ ਅਕਾਲ। ਸਾਧ ਸੰਗਤ ਜੀ, ਸਰਬੱਤ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਜੋ ਕੌਮੀ ਇਨਸਾਫ ਮੋਰਚਾ ਮੋਹਾਲੀ ਦੇ ਵਿੱਚ ਜਿਨ੍ਹਾਂ ਨੇ ਸੰਘਰਸ਼ ਵਿੱਢਿਆ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਦੀ ਖਾਤਰ, ਉਹਨਾਂ ਵਿੱਚੋਂ ਭਾਈ ਬਲਵਿੰਦਰ ਸਿੰਘ ਜੀ ਇੱਥੇ ਪਹੁੰਚੇ ਆ। ਉਹਨਾਂ ਨੇ ਬਹੁਤ ਜਲਦੀ ਜਾਣਾ ਸੀ, ਸਨੇਹ ਦੇ ਕੇ ਹੀ ਚਲੇ ਗਏ ਨੇ ਕਿ ਅੱਜ ਜਿਹੜੇ ਭਾਈ ਗੁਰਮੀਤ ਸਿੰਘ ਜੀ ਇੰਜੀਨੀਅਰ ਪਟਿਆਲਾ ਨਿਵਾਸੀ ਜਿਹੜੇ ਪਿਛਲੇ 28 ਸਾਲ ਤੋਂ ਜੇਲ੍ਹ ਵਿੱਚ ਸਨ, ਅੱਜ ਉਹਨਾਂ ਦੀ ਪੱਕੀ ਜ਼ਮਾਨਤ ਹੋਈ, ਰਿਹਾਈ ਹੋ ਗਈ ਉਹਨਾਂ ਦੀ। ਇਹ ਖੁਸ਼ਖਬਰੀ ਕਿ ਦਿਨ ਵਾਸਤੇ ਹੀ ਦਾਸ ਨੇ ਵਿੱਚੋਂ ਸਮਾਂ ਲਿਆ ਹੈ। ਨਾਲ ਹੀ ਮੈਂ ਬੇਨਤੀ ਕਰਾਂ ਬਾਬਾ ਬਲਵਿੰਦਰ ਸਿੰਘ ਜੀ, ਭਾਈ ਦਇਆ ਸਿੰਘ ਜੀ ਲਾਹੌਰੀਆ, ਜਿਹੜੇ 28-29 ਸਾਲ ਜੇਲ੍ਹ ਵਿੱਚ ਰਹੇ ਅਤੇ 10 ਕੁ ਸਾਲ ਰੂਪੋਸ਼ ਰਹੇ, ਸਾਰੀ ਜ਼ਿੰਦਗੀ ਇਸ ਸੰਘਰਸ਼ ਦੇ ਵਿੱਚ ਲਾਈ, ਬਲਕਿ ਇਹਨਾਂ ਦੀ ਧਰਮ ਸਪਤਨੀ ਬੀਬੀ ਕਮਲਜੀਤ ਕੌਰ ਉਹ ਵੀ 11 ਸਾਲ ਜੇਲ੍ਹ 'ਚ ਰਹੇ ਅਤੇ ਬਾਕੀ ਇਹਨਾਂ ਦੀ ਪੈਰਵਾਈ ਵਿੱਚ ਸਮਾਂ ਲਾਇਆ। ਇਹਨਾਂ ਨੇ ਵੀ ਜਲਦੀ ਜਾਣਾ, ਮੈਂ ਤਾਂ ਕਿਹਾ ਸੀ ਤੁਸੀਂ ਸਜੋ ਬੋਲਿਓ ਵੀ, ਪਰ ਕਹਿੰਦੇ ਬਹੁਤ ਜ਼ਰੂਰੀ ਇੱਕ ਹੋਰ ਇਸ ਸਮਾਗਮ ਵਿੱਚ ਹੀ ਜਾਣਾ। ਉਹਨਾਂ ਨੂੰ ਬਾਬਾ ਬਲਵਿੰਦਰ ਸਿੰਘ ਜੀ, ਭਾਈ ਦਇਆ ਸਿੰਘ ਲਾਹੌਰੀਆ, ਉਹਨਾਂ ਨੂੰ ਸਿਰੋਂ ਪਾਓ ਦੇ ਕੇ ਸਨਮਾਨਿਤ ਕਰਨਗੇ। ਖੜ੍ਹੇ ਹੋ ਕੇ ਭਾਈ ਖੜ੍ਹੇ ਬੋਲੇ ਸੋ ਨਿਹਾਲ।